ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਰਾਜਪਾਲਾਂ ਦੀ ਦੋ ਰੋਜ਼ਾ ਕਾਨਫਰੰਸ ਨਵੀਂ ਦਿੱਲੀ ਵਿਚ ਸ਼ੁਰੂ ਹੋ ਗਈ ਹੈ। ਕੇਰਲਾ ਦੇ ਵਾਇਨਾਡ ਵਿਚ ਭਾਰੀ ਲੈਂਡ ਸਲਾਈਡ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਪਾੜ ਤੇ ਬਚਾਅ ਕਾਰਵਾਈਆਂ ਜੰਗੀ ਪੱਧਰ ਤੇ ਜਾਰੀ ਨੇ। ਇਸ ਦੌਰਾਨ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 300 ਨੂੰ ਪਾਰ ਕਰ ਗਈ ਹੈ। ਸੀਬੀਆਈ ਨੇ ਬਿਹਾਰ ਵਿਚ ਨੀਟ ਯੂਜੀ ਦਾਖਲਾ ਪ੍ਰੀਖਿਆ ਲੀਕ ਮਾਮਲੇ ਵਿਚ 13 ਮੁਲਜ਼ਮਾਂ ਖਿਲਾਫ਼ ਆਪਣਾ ਪਹਿਲਾ ਦੋਸ਼ ਪੱਤਰ ਦਾਇਰ ਕੀਤਾ ਹੈ ਤੇ ਭਾਰਤ ਤੇ ਸ੍ਰੀਲੰਕਾ ਦਰਮਿਆਨ 3 ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਕੋਲੰਬੋ ਵਿਚ ਖੇਡਿਆ ਜਾਏਗਾ। ਰਾਜਪਾਲਾਂ ਦੀ ਦੋ ਰੋਜ਼ਾ ਕਾਨਫਰੰਸ ਅੱਜ ਰਾਸ਼ਟਰਪਤੀ ਭਵਨ ਵਿਚ ਸ਼ੁਰੂ ਹੋ ਗਈ ਹੈ। ਕਾਨਫਰੰਸ ਦੀ ਪ੍ਰਧਾਨਗੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕਰ ਰਹੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਪ੍ਰਧਾਨਗੀ ਹੇਠ ਰਾਜਪਾਲਾਂ ਦੀ ਇਹ ਪਹਿਲੀ ਕਾਨਫਰੰਸ ਹੈ। ਕਾਨਫਰੰਸ ਵਿਚ ਸਾਰੇ ਰਾਜਾਂ ਦੇ ਰਾਜਪਾਲ ਸ਼ਾਮਲ ਹੋ ਰਹੇ ਨੇ। ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ, ਧਰਮਿੰਦਰ ਪ੍ਰਧਾਨ, ਸ਼ਿਵਰਾਜ ਸਿੰਘ ਚੌਹਾਨ, ਅਸ਼ਵਨੀ ਵੈਸ਼ਨਵ ਅਤੇ ਡਾ ਮਨਸੁਖ ਮਾਂਡਵੀਆ ਸਮੇਤ ਕਈ ਕੇਂਦਰੀ ਮੰਤਰੀ ਵੀ ਕਾਨਫਰੰਸ ਵਿਚ ਸ਼ਾਮਲ ਹੋਣਗੇ। ਨੀਤੀ ਆਯੋਗ ਦੇ ਵਾਈਸ ਚੇਅਰਮੈਨ ਅਤੇ ਸੀਈਓ ਅਤੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਗ੍ਰਹਿ ਮੰਤਰਾਲੇ ਵਿਚ ਕੈਬਨਿਟ ਸਕੱਤਰੇ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿਚ ਹਿੱਸਾ ਲੈਣਗੇ। ਕਾਨਫਰੰਸ ਦੇ ਏਜੰਡੇ ਵਿਚ 3 ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨਾ, ਉੱਚ ਸਿੱਖਿਆ ਵਿਚ ਸੁਧਾਰ ਅਤੇ ਯੁਨੀਵਰਸਿਟੀਆਂ ਦੀ ਮਾਨਤਾ, ਕਬਾਇਲੀ ਇਲਾਕਿਆਂ, ਅਬਲਾਸ਼ੀ ਜ਼ਿਲ੍ਹਿਆਂ ਤੇ ਬਲਾਕਾਂ ਅਤੇ ਸਰਹੱਦੀ ਇਲਾਕਿਆਂ ਦਾ ਵਿਕਾਸ ਤੇ ਮਾਈ ਭਾਰਤ ਏਕ ਭਾਰਤ ਸ੍ਰੇਸ਼ਟ ਭਾਰਤ ਅਤੇ ਏਕ ਵਰਿਕਸ਼ ਮਾਂ ਦੇ ਨਾਂ ਤੇ ਕੁਦਰਤੀ ਖੇਤੀ ਵਰਗੇ ਤਰਜੀਹੀ ਖੇਤਰ ਸ਼ਾਮਲ ਨੇ। ਰਾਜਾਂ ਵਿਚ ਵੱਖ ਵੱਖ ਕੇਂਦਰੀ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਵਿਚ ਜਨਤਕ ਸੰਪਰਕ ਅਤੇ ਰਾਜਪਾਲਾਂ ਦੀ ਭੂਮਿਕਾ ਨੂੰ ਵਧਾਉਣਾ ਵੀ ਏਜੰਡੇ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਨਵੀਂ ਦਿੱਲੀ ਵਿਚ ਖੇਤੀ ਅਰਥ ਸ਼ਾਸਤਰੀਆਂ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ ICAI ਦਾ ਉਦਘਾਟਨ ਕਰਨਗੇ। ਇਸ ਮੌਕੇ ਉਹ ਇਕ ਇਕੱਠ ਨੂੰ ਵੀ ਸੰਬੋਧਨ ਕਰਨਗੇ। ਸੰਮੇਲਨ ਅੱਜ ਸ਼ੁਰੂ ਹੋਇਆ ਤੇ ਇਸ ਮਹੀਨੇ ਦੀ 7 ਤਰੀਕ ਨੂੰ ਖਤਮ ਹੋਏਗਾ। ਇੰਟਰਨੈਸ਼ਨਲ ਐਸੋਸੀਏਸ਼ਨ ਆਫ ਐਗਰੀਕਲਚਰਲ ਇਕਨੋਮਿਸਟ ਵੱਲੋਂ ਆਯੋਜਿਤ ICAI ਦਾ ਆਯੋਜਨ 65 ਸਾਲਾਂ ਬਾਅਦ ਭਾਰਤ ਵਿਚ ਹੋ ਰਿਹਾ ਹੈ। ਇਸ ਸਾਲ ਦੀ ਕਾਨਫਰੰਸ ਦਾ ਵਿਸ਼ਾ ਹੈ ਸਸਟੇਨੇਬਲ ਐਗਰੀ ਫੂਡ ਸਿਸਟਮਸ ਵੱਲ ਤਬਦੀਲੀ। ਇਸ ਦਾ ਉਦੇਸ਼ ਆਲਮੀ ਚੁਣੌਤੀਆਂ ਜਿਵੇਂ ਕਿ ਜਲਵਾਯੂ ਤਬਦੀਲੀ, ਕੁਦਰਤੀ ਸਰੋਤਾਂ ਦੀ ਗਿਰਾਵਟ, ਵਧਦੀਆਂ ਉਤਪਾਦਨ ਲਾਗਤਾਂ ਅਤੇ ਨਿਰੰਤਰ ਖੇਤੀਬਾੜੀ ਦੀ ਜ਼ਰੂਰੀ ਲੋੜਾਂ ਨਾਲ ਨਿਪਟਣਾ ਹੈ। ਇਹ ਕਾਨਫਰੰਸ ਵਿਸ਼ਵ ਵਿਆਪੀ ਖੇਤੀ ਚੁਣੌਤੀਆਂ ਲਈ ਭਾਰਤ ਦੀ ਕਿਰਿਆਸ਼ੀਲ ਪਹੁੰਚ ਨੂੰ ਉਜਾਗਰ ਕਰੇਗੀ। ਕੇਰਲਾ ਦੇ ਵਾਇਨਾਡ ਵਿਚ ਭਾਰੀ ਲੈਂਡ ਸਲਾਈਡ ਤੋਂ ਪ੍ਰਭਾਵਿਤ ਇਲਾਕਿਆਂ ਚ ਭਾਲ ਤੇ ਬਚਾਅ ਕਾਰਵਾਈਆਂ ਜੰਗੀ ਪੱਧਰ ਤੇ ਜਾਰੀ ਨੇ। ਫੌਜ ਦੇ ਜਵਾਨ, ਪੁਲਿਸ ਅਤੇ ਬਚਾਅ ਟੀਮਾਂ ਪ੍ਰਭਾਵਿਤ ਇਲਾਕਿਆਂ ਵਿਚ ਫੈਲੇ ਮਲਬੇ ਤੋਂ ਲਾਸ਼ਾਂ ਦੀ ਭਾਲ ਕਰ ਰਹੀਆਂ ਨੇ। ਭਾਲ ਟੀਮਾਂ ਸਨੀਫਰ ਡੌਗਸ ਦੀ ਵੀ ਮਦਦ ਲੈ ਰਹੀਆਂ ਨੇ। ਇਸ ਦੌਰਾਨ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 300 ਨੂੰ ਪਾਰ ਕਰ ਗਈ ਹੈ। ਤਾਜ਼ਾ ਖ਼ਬਰਾਂ ਵਿਚ ਕਿਹਾ ਗਿਐ ਕਿ ਇਸ ਤੁਖਾਂਤ ਵਿਚ 308 ਲੋਕਾਂ ਦੀ ਮੌਤ ਹੋਈ ਏ। 91 ਰਾਹਤ ਕੈਂਪਾਂ ਵਿਚ 7000 ਤੋਂ ਵੱਧ ਲੋਕਾਂ ਨੂੰ ਠਹਿਰਾਇਆ ਗਿਆ ਏ। ਫੌਜ ਨੇ ਕਿਹੈ ਕਿ ਉਸਨੇ ਵਾਇਨਾਡ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਕਾਰਨ ਪੱਟਾਵਿਟੂ ਕੁੰਨੂ ਇਲਾਕੇ ਵਿਚ 4 ਵਿਅਕਤੀਆਂ ਨੂੰ ਜ਼ਿੰਦਾ ਬਚਾਇਆ ਏ। ਬਚਣ ਵਾਲਿਆਂ ਵਿਚ ਇਕ ਔਰਤ ਅਤੇ ਇਕ ਕੁੜੀ ਸ਼ਾਮਲ ਏ। ਕੁੜੀ ਦੀ ਲੱਤ ਤੇ ਸੱਟ ਲੱਗੀ ਏ। ਭਾਰਤੀ ਹਵਾਈ ਫੌਜ ਵਾਇਨਾਡ ਅਤੇ ਉਤਰਾਖੰਡ ਦੀਆਂ ਪਹਾੜੀਆਂ ਵਿਚ ਇਕੋ ਸਮੇਂ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਆਪਰੇਸ਼ਨ ਚਲਾ ਰਹੀ ਹੈ। ਇਸ ਵਿਚ ਕਿਹਾ ਗਿਐ ਕਿ ਉਤਰਾਖੰਡ ਵਿਚ ਹਾਲ ਹੀ ਵਿਚ ਬੱਦਲ ਫਟਣ ਦੀ ਘਟਨਾ ਤੋਂ ਬਾਅਦ IAF ਚਨੂਕ ਅਤੇ MI-17V5 ਹੈਲੀਕਾਪਟਰ ਗੋਚਰ ਵਿਚ ਤੈਨਾਤ ਨੇ। ਇਹ NDRF ਟੀਮਾਂ ਰਾਹਤ ਸਮੱਗਰੀ ਅਤੇ ਬਚਾਅ ਕਾਰਜਾਂ ਨੂੰ ਸਰਗਰਮੀ ਨਾਲ ਕਰਨ ਚ ਮਦਦ ਕਰ ਰਹੇ ਨੇ।
ਉਤਰਾਖੰਡ ਚ ਟ੍ਰੈਕਿੰਗ ਮਾਰਗ ਤੇ ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਯਾਤਰਾ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਐ। ਇਸ ਦੌਰਾਨ SDRF, NDRF, DDRF, ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਯਾਤਰਾ ਰੂਟ ਤੇ ਫਸੇ 2000 ਤੋਂ ਵੱਧ ਲੋਕਾਂ ਨੂੰ ਸਫਲਤਾਪੂਰਵਕ ਸੁਰੱਖਿਅਤ ਕੱਢ ਲਿਆ ਗਿਐ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਉਨੂਾਂ ਨੇ ਜ਼ਮੀਨੀ ਸਰਵੇਖਣ ਵੀ ਕੀਤਾ ਅਤੇ ਬਚਾਅ ਕੈਂਪਾਂ ਦੇ ਵੱਖ ਵੱਖ ਪ੍ਰਬੰਧਾਂ ਦਾ ਜਾਇਜ਼ਾ ਲਿਆ। ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਕੁਝ ਦਿਨਾਂ ਚ ਕਈ ਇਲਾਕਿਆਂ ਚ ਭਾਰੀ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਲਾਪਤਾ ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਨੇ। NDRF, SDRF, ਪੁਲਿਸ, ਹੋਮਗਾਰਡ, ਫਾਇਰ ਬ੍ਰਿਗੇਡ ਅਤੇ ਹੋਰ ਏਜੰਸੀਆਂ ਦੀਆਂ ਸਾਂਝੀਆਂ ਟੀਮਾਂ ਬਚਾਅ ਕਾਰਜ ਚਲਾ ਰਹੀਆਂ ਨੇ। ਇਸ ਦੌਰਾਨ ਕੁੱਲੂ ਜ਼ਿਲ੍ਹੇ ਦੇ ਮੁਲਾਨਾ ਡੈਮ ਦੀ ਸੁਰੰਗ ਵਿਚ ਫਸੇ 4 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਐ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸੀਬੀਆਈ ਨੇ ਬਿਹਾਰ ਵਿਚ ਨੀਟ UG ਦਾਖਲਾ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ 13 ਮੁਲਜ਼ਮਾਂ ਖਿਲਾਫ਼ ਆਪਣਾ ਪਹਿਲਾ ਦੋਸ਼ ਪੱਤਰ ਦਾਇਰ ਕੀਤੈ। ਏਜੰਸੀ ਨੇ ਕਿਹੈ ਕਿ ਇਸ ਨੇ ਪੇਪਰ ਲੀਕ ਘੁਟਾਲੇ ਦੇ ਮੁੱਖ ਸਾਜ਼ਿਸ਼ਕਾਰ ਮਨੀਸ਼ ਪ੍ਰਕਾਸ਼, ਸਿਕੰਦਰ ਯਾਦਵਿੰਦੂ ਅਤੇ 11 ਹੋਰਨਾਂ ਵਿਰੁੱਧ ਤਾਜ਼ੀਰਾਤ ਤੇ ਹਿੰਦ ਦੀ ਧਾਰਾ 20B, 201, 409, 380, 411, 420 ਅਤੇ 109 ਤਹਿਤ ਕੇਸ ਦਰਜ ਕੀਤੈ। ਨੀਟ UG ਪੇਪਰ ਲੀਕ ਮਾਮਲੇ ਵਿਚ ਬਿਹਾਰ ਪੁਲਿਸ ਦੀ ਆਰਥਿਕ ਅਪਰਾਧ ਯੁਨਿਟ EOU ਨੇ ਇਕ ਸੰਗਠਿਤ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਸੀ। ਪਹਿਲਾਂ ਇਹ ਕੇਸ ਇਸ ਸਾਲ ਮਈ ਵਿਚ ਪਟਨਾ ਦੇ ਸ਼ਾਸਤਰੀ ਨਗਰ ਪੁਲਿਸ ਸਟੇਸ਼ਨ ਵਿਚ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿਚ 23 ਜੂਨ ਨੂੰ CBI ਨੂੰ ਤਬਦੀਲ ਕਰ ਦਿੱਤਾ ਗਿਆ ਸੀ। CBI ਨੇ ਮਾਮਲੇ ਦੇ ਹੋਰ ਪਹਿਲੂਆਂ ਅਤੇ ਹੋਰ ਮੁਲਜ਼ਮਾਂ ਅਤੇ ਸ਼ੱਕੀ ਵਿਅਕਤੀਆਂ ਖਿਲਾਫ਼ ਅਗਲੇਰੀ ਜਾਂਚ ਕੀਤੀ ਐ। ਕਈ ਹੋਰ ਮੁਲਜ਼ਮ ਪਹਿਲਾਂ ਹੀ ਪੁਲਿਸ ਜਾਂ ਅਦਾਲਤੀ ਹਿਰਾਸਤ ਵਿਚ ਨੇ। ਜਾਂਚ ਵਿਚ ਪਤਾ ਲੱਗਾ ਕਿ ਪ੍ਰਸ਼ਨ ਪੱਤਰ ਪ੍ਰੀਖਿਆ ਦੀ 3 ਤਰੀਕ ਤੋਂ ਇਕ ਦਿਨ ਪਹਿਲਾਂ ਝਾਰਖੰਡ ਦੇ ਹਜ਼ਾਰੀਬਾਗ ਕੇਂਦਰ ਤੋਂ ਲੀਕ ਹੋਇਆ ਸੀ। ਨੀਟ UG ਪੇਪਰ ਲੀਕ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਵੱਲੋਂ ਜਾਂਚ ਕੀਤੇ ਜਾਣ ਤੇ ਲੋਕਾਂ ਨੂੰ ਵੀ ਕਾਫੀ ਤਸੱਲੀ ਮਿਲੀ ਐ। ਮੋਗਾ ਦੇ ਰਹਿਣ ਵਾਲੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਕਾਲੀ ਇਸ ਮਾਮਲੇ ਵਿਚ ਅਦਾਲਤ ਦੇ ਫੈਸਲੇ ਤੋਂ ਖੁਸ਼ ਨੇ। ਮਾਨਯੋਗ ਸੁਪਰੀਮ ਕੋਰਟ ਨੇ ਆਪਣਾ ਡਿਸੀਜ਼ਨ ਦਿੱਤਾ ਹੈ ਕਿ ਦੁਬਾਰਾ ਇਗਜ਼ਾਮ ਨਹੀਂ ਹੋਏਗਾ। ਇਹ ਅੱਛਾ ਡਿਸੀਜ਼ਨ ਹੈ ਕਿਉਂਕਿ ਜਿਹੜੇ ਬੱਚੇ ਨੇ ਬਹੁਤ ਸਮੇਂ ਤੱਕ ਆਪਣੀ ਪ੍ਰੈਪਰੇਸ਼ਨ ਕੀਤੀ ਹੁੰਦੀ ਹੈ ਤੇ ਜਦ ਇਗਜ਼ਾਮ ਹੋ ਜਾਂਦਾ ਨੈਚੁਰਲ ਹੈਗਾ ਇਹ ਬੱਚਿਆਂ ਦੇ ਵਿੱਚ ਇੰਟਰਸਟ ਇਦਾਂ ਦਾ ਹੁੰਦਾ ਕਿ ਉਹ ਬੱਚੇ ਜਿਹੜੇ ਹੈਗੇ ਉਹ ਪੜ੍ਹਨਾ ਛੱਡ ਦਿੰਦੇ ਹੈਗੇ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਕਿ ਸਾਡਾ ਪੇਪਰ ਅੱਛਾ ਹੋ ਗਿਆ ਔਰ ਸਾਡਾ ਪੇਪਰ ਕਲੀਅਰ ਹੋ ਜਾਏਗਾ, ਪਰ ਸਮਾਂ ਰਹਿੰਦੇ ਉਹਨਾਂ ਦੀਆਂ ਐਡਮਿਸ਼ਨਸ ਵੀ ਹੋ ਜਾਣਗੀਆਂ। ਇਸ ਕਰਕੇ ਇਹ ਬਹੁਤ ਵਧੀਆ ਜਿਹੜਾ ਹੈਗਾ ਉਹ ਡਿਸੀਜ਼ਨ ਹੈ ਔਰ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਸੀਗਾ, ਇਹਦੇ ਵਿੱਚ ਬੱਚਿਆਂ ਦਾ ਫਾਇਦਾ ਹੋਏਗਾ। ਫਾਜ਼ਿਲਕਾ ਤੋਂ ਸੀਨੀਅਰ ਸਿਟੀਜ਼ਨ ਸ਼ਸ਼ੀਕਾਂਤ ਮੰਨਦੇ ਨੇ ਕਿ ਇਸ ਮਾਮਲੇ ਵਿਚ ਸਰਕਾਰ ਵੱਲੋਂ ਕੀਤੀ ਜਾਂਚ ਨਾਲ ਵਿਦਿਆਰਥੀਆਂ ਦਾ ਭਰੋਸਾ ਕਾਇਮ ਹੋਏਗਾ। ਸਰਕਾਰ ਨੇ ਨੀਟ ਨੂੰ ਲੈ ਕੇ ਜੋ ਫੈਸਲਾ ਕੀਤਾ ਹੈ ਔਰ ਜੋ ਜਾਂਚ ਪੜਤਾਲ ਕੀਤੀ ਹੈ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਹੈ। ਅਪਰਾਧੀਆਂ ਨੂੰ ਫੜਿਆ ਹੈ ਔਰ ਜੋ ਹੁਣ ਫੈਸਲਾ ਕੀਤਾ ਉਸ ਦੇ ਨਾਲ ਸਟੂਡੈਂਟਸ ਦਾ ਔਰ ਉਨ੍ਹਾਂ ਦੇ ਪੇਰੈਂਟਸ ਦਾ ਮੋਰਲ ਵਧਿਆ ਹੈ ਔਰ ਅਨਿਯਮਿਤਤਾ ਦੀ ਸਥਿਤੀ ਖਤਮ ਹੋ ਗਈ ਹੈ। ਕਾਉਂਸਲਿੰਗ ਸ਼ੁਰੂ ਕੀਤੀ ਜਾ ਰਹੀ ਹੈ, ਬਹੁਤ ਹੀ ਅੱਛਾ ਫੈਸਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਝੰਡੇ ਦੇ ਡਿਜ਼ਾਈਨਰ ਅਤੇ ਮਹਾਨ ਸੁਤੰਤਰਤਾ ਸੈਲਾਨੀ ਪਿੰਗਲੀ ਵੈਂਕਈਆ ਨੂੰ ਉਨ੍ਹਾਂ ਦੀ ਜਯੰਤੀ ਤੇ ਯਾਦ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰ ਨੂੰ ਤਿਰੰਗਾ ਦੇਣ ਵਿਚ ਪਿੰਗਲੀ ਵੈਂਕਈਆ ਦੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ਯਾਦ ਰਖਿਆ ਜਾਏਗਾ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਹਰ ਘਰ ਤਿਰੰਗਾ ਅੰਦੋਲਨ ਦਾ ਸਮਰਥਨ ਕਰਨ ਅਤੇ ਇਸ ਮਹੀਨੇ ਦੀ 9 ਤੋਂ 15 ਤਰੀਕ ਦਰਮਿਆਨ ਤਿਰੰਗਾ ਲਹਿਰਾਉਣ ਦਾ ਸੱਦਾ ਦਿੱਤਾ ਹੈ। ਕ੍ਰਿਕਟ ਵਿਚ ਭਾਰਤ ਅਤੇ ਸ੍ਰੀਲੰਕਾ ਦਰਮਿਆਨ 3 ਇਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਕੋਲੰਬੋ ਵਿਚ ਖੇਡਿਆ ਜਾਏਗਾ। ਮੈਚ ਆਰ ਪ੍ਰੇਮਾਦਾਸਾ ਸਟੇਡੀਅਮ ਵਿਚ ਦੁਪਹਿਰ ਬਾਅਦ 2:30 ਵਜੇ ਸ਼ੁਰੂ ਹੋਏਗਾ। ਓਲੰਪਿਕ ਵਿਚ ਸ਼ੂਟਿੰਗ, ਤੀਰਅੰਦਾਜ਼ੀ ਅਤੇ ਬੈਡਮਿੰਟਨ ਤੋਂ ਲੈ ਕੇ ਜੂਡੋ, ਹਾਕੀ ਅਤੇ ਐਥਲੈਟਿਕਸ ਤੱਕ ਪੈਰਿਸ ਓਲੰਪਿਕ ਦਾ 7ਵਾਂ ਦਿਨ ਭਾਰਤੀ ਦਲ ਲਈ ਰੁਝੇਵਿਆਂ ਭਰਿਆ ਰਹੇਗਾ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਦੀ ਨਜ਼ਰ ਸੈਮੀਫਾਈਨਲ ਦੀ ਜਗ੍ਹਾ ਬਣਾਉਣ ਤੇ ਹੋਏਗੀ।
ਉਹ ਅੱਜ ਸ਼ਾਮੀ 6:30 ਵਜੇ ਬੈਡਮਿੰਟਨ ਦੇ ਕੁਆਟਰ ਫਾਈਨਲ ਵਿਚ ਚੀਨੀ ਤਾਈਪੇ ਦੇ ਚੋ ਤੀਐਨ ਚੇਨ ਵਿਰੁੱਧ ਖੇਡਣਗੇ। ਮਰਦਾਂ ਦੀ ਹਾਕੀ ਵਿਚ ਭਾਰਤੀ ਟੀਮ ਜੋ ਪਹਿਲਾਂ ਹੀ ਕੁਆਟਰ ਫਾਈਨਲ ਲਈ ਕੁਆਲੀਫਾਈ ਕਰ ਚੁੱਕੀ ਏ ਅੱਜ ਸ਼ਾਮੀ 5:45 ਵਜੇ ਪੂਲ ਮੈਚ ਵਿਚ ਆਸਟ੍ਰੇਲੀਆ ਖਿਲਾਫ ਖੇਡੇਗੀ। ਜੂਡੋ ਵਿਚ ਭਾਰਤ ਦੀ ਤੁਲਿਕਾ ਮਾਨ ਔਰਤਾਂ ਦੇ ਪਲੱਸ 78 ਕਿਲੋਗਰਾਮ ਵਰਗ ਵਿਚ ਰਾਊਂਡ ਆਫ 32 ਵਿਚ ਆਪਣਾ ਮੁਕਾਬਲਾ ਖੇਡੇਗੀ। ਤੀਰਅੰਦਾਜ਼ੀ ਮਿਕਸਡ ਟੀਮ ਈਵੈਂਟ ਵਿਚ ਧੀਰਜ ਬੋਮਾ ਦੇਵਰਾ ਅਤੇ ਅੰਕਿਤਾ ਭਗਤ ਦੀ ਭਾਰਤੀ ਜੋੜੀ ਰਾਤੀਂ 1 ਵਜੇ ਰਾਊਂਡ ਆਫ 16 ਵਿਚ ਇੰਡੋਨੇਸ਼ੀਆ ਦੇ ਦਿਆਨੰਦ ਚੋਰੂਨੀਸਾ ਅਤੇ ਆਰਿਫ ਪੰਗਸੇਟੂ ਖਿਲਾਫ ਖੇਡੇਗੀ। ਅਥਲੈਟਿਕਸ ਵਿਚ ਪਾਰੁਲ ਚੌਧਰੀ ਰਾਤੀਂ 9:40 ਤੇ ਔਰਤਾਂ ਦੇ 5,000 ਮੀਟਰ ਕੁਆਲੀਫਿਕੇਸ਼ਨ ਰਾਊਂਡ ਵਿਚ ਸਟੈਕਡ ਫੀਲਡ ਵਿਚ ਮੁਕਾਬਲਾ ਕਰੇਗੀ, ਜਦੋਂ ਕਿ ਤਜਿੰਦਰਪਾਲ ਸਿੰਘ ਤੂਰ ਰਾਤੀਂ 11:40 ਤੇ ਮਰਦਾਂ ਦੇ ਸ਼ਾਰਟਪੁੱਟ ਕੁਆਲੀਫਾਇੰਗ ਰਾਊਂਡ ਵਿਚ ਮੁਕਾਬਲਾ ਕਰਨਗੇ। ਗੋਲਫਰ ਗਗਨਜੀਤ ਭੁੱਲਰ ਅਤੇ ਸ਼ੁਭੰਕਰ ਸ਼ਰਮਾ ਅਤੇ ਨਾਵਿਕ ਨੇਥਰਾ ਕੁਮਨਨ ਅਤੇ ਵਿਸ਼ਨੂੰ ਸਰਵਨਨ ਵੀ ਆਪੋ ਆਪਣੇ ਮੁਕਾਬਲਿਆਂ ਵਿਚ ਜ਼ੋਰ ਦਿਖਾਉਣਗੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਰਾਜਪਾਲਾਂ ਦੀ ਦੋ ਰੋਜ਼ਾ ਕਾਨਫਰੰਸ ਨਵੀਂ ਦਿੱਲੀ ਵਿਚ ਸ਼ੁਰੂ ਹੋ ਗਈ ਹੈ। ਕੇਰਲਾ ਦੇ ਵਾਇਨਾਡ ਵਿਚ ਭਾਰੀ ਲੈਂਡਸਲਾਈਡ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਭਾਲ ਤੇ ਬਚਾਅ ਕਾਰਵਾਈਆਂ ਜੰਗੀ ਪੱਧਰ ਤੇ ਜਾਰੀ ਨੇ। ਇਸ ਦੌਰਾਨ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 300 ਨੂੰ ਪਾਰ ਕਰ ਗਈ ਹੈ। ਸੀਬੀਆਈ ਨੇ ਬਿਹਾਰ ਵਿਚ ਨੀਟ ਯੂਜੀ ਦਾਖਲਾ ਪ੍ਰੀਖਿਆ ਲੀਕ ਮਾਮਲੇ ਵਿਚ 13 ਮੁਲਜ਼ਮਾਂ ਖਿਲਾਫ਼ ਆਪਣਾ ਪਹਿਲਾ ਦੋਸ਼ ਪੱਤਰ ਦਾਇਰ ਕੀਤਾ ਹੈ। ਭਾਰਤ ਅਤੇ ਸ੍ਰੀਲੰਕਾ ਦਰਮਿਆਨ 3 ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਕੋਲੰਬੋ ਵਿਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਨਮਸਕਾਰ।